ਦੱਸ ਦੇ ਕਿ ਵੱਡੀ ਖਬਰ ਆ ਰਹੀ ਹੈ, ਪ੍ਰਾਈਵੇਟ ਬੱਸਾਂ ਨੇ ਵੀ ਹੁਣ ਕੱਲ੍ਹ ਦੇ ਲਈ ਬੰਦ ਦਾ ਐਲਾਨ ਕਰ ਦਿੱਤਾ ਹੈ। ਤਾਂ ਹੁਣ 16 ਫਰਵਰੀ ਨੂੰ ਕੋਈ ਵੀ ਬੱਸ ਨਹੀਂ ਚੱਲੇਗੀ। ਤਾਂ ਇਸ ਤੋਂ ਪਹਿਲਾਂ ਸਰਕਾਰੀ ਬੱਸਾਂ ਵੱਲੋਂ ਵੀ ਬੰਦ ਦਾ ਐਲਾਨ ਕੀਤਾ ਗਿਆ ਸੀ, ਜਿਸ ਦੇ ਵਿੱਚ ਪਨ ਬੱਸ, ਪੰਜਾਬ ਰੋਡਵੇਜ਼ ਅਤੇ PRTC ਸ਼ਾਮਿਲ ਸੀ। ਤਾਂ ਹੁਣ ਕੱਲ੍ਹ ਪੂਰੇ ਤਰੀਕੇ ਦੇ ਨਾਲ ਚੱਕਾ ਜਾਮ ਹੋਵੇਗਾ। ਤਾਂ ਕਿਸਾਨਾਂ ਵੱਲੋਂ ਰੇਲਵੇ ਟਰੈਕ 'ਤੇ ਟ੍ਰੇਨਾਂ ਰੋਕੀਆਂ ਜਾਣੀਆਂ ਨੇ। ਤਾਂ ਇਸਦਾ ਸਾਥ ਦਿੱਤਾ ਗਿਆ ਸੀ ਬੱਸ ਓਪਰੇਟਰਾਂ ਵੱਲੋਂ। ਪਹਿਲਾਂ ਸਰਕਾਰੀ ਬੱਸ ਓਪਰੇਟਰਾਂ ਨੇ ਬੰਦ ਦਾ ਐਲਾਨ ਕੀਤਾ ਕਿ ਕੋਈ ਵੀ ਬੱਸ 16 ਫਰਵਰੀ ਨੂੰ ਨਹੀਂ ਚਲਾਈ ਜਾਵੇਗੀ। ਅਤੇ ਹੁਣ ਪ੍ਰਾਈਵੇਟ ਬੱਸਾਂ ਵੱਲੋਂ ਵੀ ਕਿਸਾਨਾਂ ਦਾ ਸਮਰਥਨ ਕੀਤਾ ਗਿਆ ਅਤੇ ਕੱਲ੍ਹ ਦੇ ਲਈ ਕੋਈ ਵੀ ਬੱਸ ਹੁਣ ਨਹੀਂ ਚਲਾਈ ਜਾਵੇਗੀ। ਤਾਂ ਵੱਡਾ ਐਲਾਨ ਕੀਤਾ ਗਿਆ, ਹੁਣ ਪ੍ਰਾਈਵੇਟ ਬੱਸਾਂ ਵੱਲੋਂ ਵੀ ਕੱਲ੍ਹ ਕੋਈ ਵੀ ਬੱਸ ਨਹੀਂ ਚੱਲੇਗੀ, ਨਾ ਸਰਕਾਰੀ ਬੱਸ ਚੱਲੇਗੀ ਅਤੇ ਨਾ ਹੀ ਪ੍ਰਾਈਵੇਟ ਬੱਸ। ਅਤੇ ਜੇਕਰ ਕਿਸੇ ਨੇ ਸਫ਼ਰ ਕਰਨਾ ਹੋਵੇ ਤਾਂ ਕੱਲ੍ਹ ਉਹਨਾਂ ਨੂੰ ਬੜੀਆਂ ਮੁਸ਼ਕਿਲਾਂ ਆਉਣਗੀਆਂ। ਤਾਂ ਘਰ ਦੇ ਵਿੱਚ ਹੀ ਰਹਿਣ, ਜੇਕਰ ਕੋਈ ਜ਼ਰੂਰੀ ਕੰਮ ਹੈ ਤਾਂ ਹੀ ਬਾਹਰ ਨਿਕਲ, ਕਿਉਂਕਿ ਕੱਲ੍ਹ ਕੋਈ ਵੀ ਆਵਾਜਾਈ ਦਾ ਸਾਧਨ ਨਹੀਂ ਹੋਵੇਗਾ। ਸਾਰੀਆਂ ਬੱਸਾਂ ਬੰਦ ਹੋਣਗੀਆਂ ਤਾਂ ਟ੍ਰੇਨਾਂ ਨੂੰ ਵੀ ਰੋਕਣ ਦਾ ਕਿਸਾਨਾਂ ਦੇ ਵੱਲੋਂ ਐਲਾਨ ਕੀਤਾ ਗਿਆ। ਤਾਂ ਦੱਸ ਦੇ ਕਿ ਵੱਡੀ ਖਬਰ ਆ ਰਹੀ ਹੈ, ਪ੍ਰਾਈਵੇਟ ਬੱਸਾਂ ਨੇ ਵੀ ਹੁਣ ਕੱਲ੍ਹ ਦੇ ਲਈ ਬੰਦ ਦਾ ਐਲਾਨ ਕਰ ਦਿੱਤਾ ਹੈ। ਤਾਂ ਹੁਣ 16 ਫਰਵਰੀ ਨੂੰ ਕੋਈ ਵੀ ਬੱਸ ਨਹੀਂ ਚੱਲੇਗੀ। ਤਾਂ ਇਸ ਤੋਂ ਪਹਿਲਾਂ ਸਰਕਾਰੀ ਬੱਸਾਂ ਵੱਲੋਂ ਵੀ ਬੰਦ ਦਾ ਐਲਾਨ ਕੀਤਾ ਗਿਆ ਸੀ, ਜਿਸ ਦੇ ਵਿੱਚ ਪਨ ਬੱਸ, ਪੰਜਾਬ ਰੋਡਵੇਜ਼ ਅਤੇ PRTC ਸ਼ਾਮਿਲ ਸੀ। ਤਾਂ ਹੁਣ ਕੱਲ੍ਹ ਪੂਰੇ ਤਰੀਕੇ ਦੇ ਨਾਲ ਚੱਕਾ ਜਾਮ ਹੋਵੇਗਾ। ਤਾਂ ਕਿਸਾਨਾਂ ਵੱਲੋਂ ਰੇਲਵੇ ਟਰੈਕ 'ਤੇ ਟ੍ਰੇਨਾਂ ਰੋਕੀਆਂ ਜਾਣੀਆਂ ਨੇ। ਤਾਂ ਇਸਦਾ ਸਾਥ ਦਿੱਤਾ ਗਿਆ ਸੀ ਬੱਸ ਓਪਰੇਟਰਾਂ ਵੱਲੋਂ। ਪਹਿਲਾਂ ਸਰਕਾਰੀ ਬੱਸ ਓਪਰੇਟਰਾਂ ਨੇ ਬੰਦ ਦਾ ਐਲਾਨ ਕੀਤਾ ਕਿ ਕੋਈ ਵੀ ਬੱਸ 16 ਫਰਵਰੀ ਨੂੰ ਨਹੀਂ ਚਲਾਈ ਜਾਵੇਗੀ। ਅਤੇ ਹੁਣ ਪ੍ਰਾਈਵੇਟ ਬੱਸਾਂ ਵੱਲੋਂ ਵੀ ਕਿਸਾਨਾਂ ਦਾ ਸਮਰਥਨ ਕੀਤਾ ਗਿਆ ਅਤੇ ਕੱਲ੍ਹ ਦੇ ਲਈ ਕੋਈ ਵੀ ਬੱਸ ਹੁਣ ਨਹੀਂ ਚਲਾਈ ਜਾਵੇਗੀ। ਤਾਂ ਵੱਡਾ ਐਲਾਨ ਕੀਤਾ ਗਿਆ, ਹੁਣ ਪ੍ਰਾਈਵੇਟ ਬੱਸਾਂ ਵੱਲੋਂ ਵੀ ਕੱਲ੍ਹ ਕੋਈ ਵੀ ਬੱਸ ਨਹੀਂ ਚੱਲੇਗੀ, ਨਾ ਸਰਕਾਰੀ ਬੱਸ ਚੱਲੇਗੀ ਅਤੇ ਨਾ ਹੀ ਪ੍ਰਾਈਵੇਟ ਬੱਸ। ਅਤੇ ਜੇਕਰ ਕਿਸੇ ਨੇ ਸਫ਼ਰ ਕਰਨਾ ਹੋਵੇ ਤਾਂ ਕੱਲ੍ਹ ਉਹਨਾਂ ਨੂੰ ਬੜੀਆਂ ਮੁਸ਼ਕਿਲਾਂ ਆਉਣਗੀਆਂ। ਤਾਂ ਘਰ ਦੇ ਵਿੱਚ ਹੀ ਰਹਿਣ, ਜੇਕਰ ਕੋਈ ਜ਼ਰੂਰੀ ਕੰਮ ਹੈ ਤਾਂ ਹੀ ਬਾਹਰ ਨਿਕਲ, ਕਿਉਂਕਿ ਕੱਲ੍ਹ ਕੋਈ ਵੀ ਆਵਾਜਾਈ ਦਾ ਸਾਧਨ ਨਹੀਂ ਹੋਵੇਗਾ। ਸਾਰੀਆਂ ਬੱਸਾਂ ਬੰਦ ਹੋਣਗੀਆਂ ਤਾਂ ਟ੍ਰੇਨਾਂ ਨੂੰ ਵੀ ਰੋਕਣ ਦਾ ਕਿਸਾਨਾਂ ਦੇ ਵੱਲੋਂ ਐਲਾਨ ਕੀਤਾ ਗਿਆ। ਦੱਸ ਕੇ ਵੱਡੀ ਖਬਰ ਆ ਰਹੀ ਹੈ, ਪ੍ਰਾਈਵੇਟ ਬੱਸਾਂ ਨੇ ਵੀ ਹੁਣ ਕੱਲ੍ਹ ਦੇ ਲਈ ਬੰਦ ਦਾ ਐਲਾਨ ਕਰ ਦਿੱਤਾ ਹੈ। ਤਾਂ ਹੁਣ 16 ਫਰਵਰੀ ਨੂੰ ਕੋਈ ਵੀ ਬੱਸ ਨਹੀਂ ਚੱਲੇਗੀ। ਤਾਂ ਇਸ ਤੋਂ ਪਹਿਲਾਂ ਸਰਕਾਰੀ ਬੱਸਾਂ ਵੱਲੋਂ ਵੀ ਬੰਦ ਦਾ ਐਲਾਨ ਕੀਤਾ ਗਿਆ ਸੀ, ਜਿਸ ਦੇ ਵਿੱਚ ਪਨ ਬੱਸ, ਪੰਜਾਬ ਰੋਡਵੇਜ਼ ਅਤੇ PRTC ਸ਼ਾਮਿਲ ਸੀ। ਤਾਂ ਹੁਣ ਕੱਲ੍ਹ ਪੂਰੇ ਤਰੀਕੇ ਦੇ ਨਾਲ ਚੱਕਾ ਜਾਮ ਹੋਵੇਗਾ। ਤਾਂ ਕਿਸਾਨਾਂ ਵੱਲੋਂ ਰੇਲਵੇ ਟਰੈਕ 'ਤੇ ਟ੍ਰੇਨਾਂ ਰੋਕੀਆਂ ਜਾਣੀਆਂ ਨੇ। ਤਾਂ ਇਸਦਾ ਸਾਥ ਦਿੱਤਾ ਗਿਆ ਸੀ ਬੱਸ ਓਪਰੇਟਰਾਂ ਵੱਲੋਂ। ਪਹਿਲਾਂ ਸਰਕਾਰੀ ਬੱਸ ਓਪਰੇਟਰਾਂ ਨੇ ਬੰਦ ਦਾ ਐਲਾਨ ਕੀਤਾ ਕਿ ਕੋਈ ਵੀ ਬੱਸ 16 ਫਰਵਰੀ ਨੂੰ ਨਹੀਂ ਚਲਾਈ ਜਾਵੇਗੀ। ਅਤੇ ਹੁਣ ਪ੍ਰਾਈਵੇਟ ਬੱਸਾਂ ਵੱਲੋਂ ਵੀ ਕਿਸਾਨਾਂ ਦਾ ਸਮਰਥਨ ਕੀਤਾ ਗਿਆ ਅਤੇ ਕੱਲ੍ਹ ਦੇ ਲਈ ਕੋਈ ਵੀ ਬੱਸ ਹੁਣ ਨਹੀਂ ਚਲਾਈ ਜਾਵੇਗੀ। ਤਾਂ ਵੱਡਾ ਐਲਾਨ ਕੀਤਾ ਗਿਆ, ਹੁਣ ਪ੍ਰਾਈਵੇਟ ਬੱਸਾਂ ਵੱਲੋਂ ਵੀ ਕੱਲ੍ਹ ਕੋਈ ਵੀ ਬੱਸ ਨਹੀਂ ਚੱਲੇਗੀ, ਨਾ ਸਰਕਾਰੀ ਬੱਸ ਚੱਲੇਗੀ ਅਤੇ ਨਾ ਹੀ ਪ੍ਰਾਈਵੇਟ ਬੱਸ। ਅਤੇ ਜੇਕਰ ਕਿਸੇ ਨੇ ਸਫ਼ਰ ਕਰਨਾ ਹੋਵੇ ਤਾਂ ਕੱਲ੍ਹ ਉਹਨਾਂ ਨੂੰ ਬੜੀਆਂ ਮੁਸ਼ਕਿਲਾਂ ਆਉਣਗੀਆਂ। ਤਾਂ ਘਰ ਦੇ ਵਿੱਚ ਹੀ ਰਹਿਣ, ਜੇਕਰ ਕੋਈ ਜ਼ਰੂਰੀ ਕੰਮ ਹੈ ਤਾਂ ਹੀ ਬਾਹਰ ਨਿਕਲ, ਕਿਉਂਕਿ ਕੱਲ੍ਹ ਕੋਈ ਵੀ ਆਵਾਜਾਈ ਦਾ ਸਾਧਨ ਨਹੀਂ ਹੋਵੇਗਾ। ਸਾਰੀਆਂ ਬੱਸਾਂ ਬੰਦ ਹੋਣਗੀਆਂ ਤਾਂ ਟ੍ਰੇਨਾਂ ਨੂੰ ਵੀ ਰੋਕਣ ਦਾ ਕਿਸਾਨਾਂ ਦੇ ਵੱਲੋਂ ਐਲਾਨ ਕੀਤਾ ਗਿਆ।